ਲਿਸਨ ਸਭ ਸੀਗਾ ਸਾਰਾ ਦਿਨ ਪਿਛਲੇ 9-10 ਸਾਲਾਂ ਤੋਂ। ਹਾਂਜੀ ਇਹ ਗੱਲ ਮੈਂ ਅੱਗੋਂ ਜਵਾਬ ਠਹਿਰ ਗਿਆ ਸੀ, ਉਹਨੂੰ ਕਿਹਾ ਸੀ ਚਲ ਕੋਰਟ ਮੈਰਿਜ ਕਰਵਾ ਲਾ। ਕੋਰਟ ਮੈਰਿਜ ਲਈ ਪਹਿਲਾਂ ਤਾਂ ਮੰਨ ਗਏ ਸੀਗੇ ਸਰ, ਬਾਅਦ 'ਚ ਆ ਕੇ ਮੰਨ ਗਏ, ਬਸ ਇਹਦੇ ਕਾਰਨ ਗੁੱਸੇ ਦੇ ਵਿੱਚ ਆ ਕੇ ਸਰ ਉਹਦੇ ਨਾਲ ਘੁੱਟ ਕੇ ਮੌਤ ਹੋ ਗਈ। ਤੁਹਾਨੂੰ ਪਛਤਾਵਾ ਹੈਗਾ ਉਹਦੇ ਕੀਤੇ ਦਾ? ਹਾਂਜੀ ਬਹੁਤ ਜ਼ਿਆਦਾ। ਆਪਣੀ ਸਾਲੀ ਦਾ ਕਤਲ ਕਰਨ ਵਾਲਾ ਹਤਿਆਰਾ ਜੀਜਾ ਕੈਮਰੇ ਦੇ ਸਾਹਮਣੇ ਆਇਆ, ਜਿਸ ਨੇ ਪੂਰੇ ਮਾਮਲੇ ਨੂੰ ਬਿਆਨ ਕੀਤਾ। ਉਸਨੇ ਦੱਸਿਆ ਕਿ ਸਾਲੀ ਦੇ ਨਾਲ ਉਸਦੇ ਨਾਜਾਇਜ਼ ਸੰਬੰਧ ਪਿਛਲੇ ਕਾਫੀ ਸਾਲਾਂ ਤੋਂ ਸੀ, ਜਿਸ ਕਾਰਨ ਉਸਦੀ ਸਾਲੀ ਗਰਭਵਤੀ ਹੋ ਗਈ ਸੀ। ਕੋਰਟ ਮੈਰਿਜ ਦੇ ਲਈ ਪਹਿਲਾਂ ਉਹ ਮੰਨ ਗਈ, ਫਿਰ ਉਸਨੇ ਜਵਾਬ ਦੇ ਦਿੱਤਾ ਤੇ ਗੁੱਸੇ ਦੇ ਵਿੱਚ ਆ ਕੇ ਇਸ ਸ਼ਖਸ ਦੇ ਵੱਲੋਂ ਆਪਣੀ ਸਾਲੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਦੂਜਿਆਂ ਨੂੰ ਦੱਸਿਆ ਕਿ ਦਿਲ ਦਾ ਦੌਰਾ ਪੈਣ ਕਰਕੇ ਉਸਦੀ ਸਾਲੀ ਦੀ ਮੌਤ ਹੋਈ ਔਰ ਉਸਦਾ ਸੰਸਕਾਰ ਵੀ ਕਰ ਦਿੱਤਾ। ਸੋ ਪੁਲਿਸ ਨੇ ਹੁਣ ਇਸ ਨੂੰ ਗ੍ਰਿਫਤਾਰ ਕਰ ਲਿਆ, ਹੁਣ ਇਸ ਹਤਿਆਰੇ ਨੂੰ ਆਪਣੇ ਕੀਤੇ ਤੇ ਪਛਤਾਵਾ ਵੀ ਹੈ। ਦੱਸ ਦਈਏ ਕਿ ਮੋਗਾ ਜ਼ਿਲ੍ਹੇ ਦੇ ਪਿੰਡ ਹਿੰਮਤਪੁਰਾ ਦੇ ਇਹ ਸ਼ਖਸ ਨੇ ਆਪਣੀ ਸਾਲੀ ਦਾ ਗਲਾ ਘੁੱਟ ਕੇ ਕਤਲ ਕੀਤਾ। ਸਾਲੀ ਨੇ ਆਪਣੇ ਜੀਜੇ ਦੇ ਨਾਲ ਵਿਆਹ ਕਰਨ ਤੋਂ ਇਨਕਾਰ ਕੀਤਾ ਸੀ। ਇਸ ਤੋਂ ਨਾਰਾਜ਼ ਹੋ ਕੇ ਇਸ ਮੁਲਜ਼ਮ ਦੇ ਵੱਲੋਂ ਇਹ ਵਾਰਦਾਤ ਕੀਤੀ ਗਈ। ਮੁਲਜ਼ਮ ਨੇ ਆਪਣੀ ਪਤਨੀ ਨੂੰ ਦੱਸਿਆ ਕਿ ਸਾਲੀ ਸ਼ਰਨਜੀਤ ਕੌਰ ਦੀ ਮੌਤ ਦਿਲ ਦਾ ਦੌਰਾ ਪੈਣ ਕਰਕੇ ਹੋਈ। ਇੰਨਾ ਹੀ ਨਹੀਂ, ਦੋਸ਼ੀ ਨੇ ਮ੍ਰਿਤਕ ਦਾ ਅੰਤਿਮ ਸੰਸਕਾਰ ਵੀ ਕੀਤਾ। ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ਤੇ ਪੁਲਿਸ ਨੇ ਦੋਸ਼ੀ ਨੂੰ ਹੁਣ ਗ੍ਰਿਫਤਾਰ ਕਰ ਲਿਆ। ਥਾਣਾ ਨਿਹਾਲ ਸਿੰਘ ਵਾਲਾ ਦੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਦੇ ਭੋਲਾ ਸਿੰਘ ਨੇ ਕੇਸ ਦਰਜ ਕਰਵਾਇਆ ਕਿ ਉਸਦੀ ਲੜਕੀ ਅਮਨ ਕੌਰ ਦਾ ਵਿਆਹ 2014 ਦੇ ਵਿੱਚ ਹਰਦੀਪ ਸਿੰਘ ਹਿੰਮਤਪੁਰਾ ਦੇ ਨਾਲ ਹੋਇਆ ਸੀ। ਉਸਦੀ ਦੂਜੀ ਧੀ ਵੀ ਕਾਫੀ ਸਮੇਂ ਤੋਂ ਆਪਣੀ ਭੈਣ ਦੇ ਕੋਲ ਹੀ ਰਹਿ ਰਹੀ ਸੀ, ਜਿਸ ਕਾਰਨ ਜੀਜਾ ਸਾਲੀ ਦੇ ਵਿਚਕਾਰ ਨਾਜਾਇਜ਼ ਸੰਬੰਧ ਬਣ ਗਏ ਔਰ ਇਸ ਨਾਜਾਇਜ਼ ਸੰਬੰਧਾਂ ਕਰਕੇ ਹੀ ਇਸ ਸ਼ਖਸ ਦੇ ਵੱਲੋਂ ਆਪਣੀ ਸਾਲੀ ਦਾ ਕਤਲ ਕੀਤਾ ਗਿਆ। ਲਿਸਨ ਸਭ ਸੀਗਾ ਸਾਰਾ ਦਿਨ ਪਿਛਲੇ 9-10 ਸਾਲਾਂ ਤੋਂ। ਹਾਂਜੀ ਇਹ ਗੱਲ ਮੈਂ ਅੱਗੋਂ ਜਵਾਬ ਠਹਿਰ ਗਿਆ ਸੀ, ਉਹਨੂੰ ਕਿਹਾ ਸੀ ਚਲ ਕੋਰਟ ਮੈਰਿਜ ਕਰਵਾ ਲਾ। ਕੋਰਟ ਮੈਰਿਜ ਲਈ ਪਹਿਲਾਂ ਤਾਂ ਮੰਨ ਗਏ ਸੀਗੇ ਸਰ, ਬਾਅਦ 'ਚ ਆ ਕੇ ਮੰਨ ਗਏ, ਬਸ ਇਹਦੇ ਕਾਰਨ ਗੁੱਸੇ ਦੇ ਵਿੱਚ ਆ ਕੇ ਸਰ ਉਹਦੇ ਨਾਲ ਘੁੱਟ ਕੇ ਮੌਤ ਹੋ ਗਈ। ਤੁਹਾਨੂੰ ਪਛਤਾਵਾ ਹੈਗਾ ਉਹਦੇ ਕੀਤੇ ਦਾ? ਹਾਂਜੀ ਬਹੁਤ ਜ਼ਿਆਦਾ। ਉਹਨਾਂ ਸਾਡੇ ਪਾਸ ਭੋਲਾ ਸਿੰਘ ਪੁੱਤਰ ਤੇਜਾ ਸਿੰਘ ਪਿੰਡ ਭੈਣੀ ਫੱਤਾ ਜ਼ਿਲ੍ਹਾ ਬਰਨਾਲਾ ਨੇ ਇਹਦੀ ਇੱਕ ਲੜਕੀ ਸੀ ਅਮਨ, ਜਿਹੜੀ ਹਰਦੀਪ ਸਿੰਘ ਪੁੱਤਰ ਚਰਨ ਸਿੰਘ ਵਾਸੀ ਹਿੰਮਤਪੁਰਾ ਨਾਲ ਵਿਆਹੀ ਹੋਈ ਸੀ। ਉਸੇ ਦੌਰਾਨ ਇਹਦੀ ਦੂਸਰੀ ਬੇਟੀ ਜਿਹੜੀ ਸ਼ਰਨਜੀਤ ਕੌਰ ਸੀਗੀ ਉਹ ਇਹਦੇ ਪਾਸ ਰਹਿਣ ਲੱਗ ਗਈ ਸੀਗੀ ਆ ਕੇ। ਉਹ ਰਹਿੰਦੇ ਰਹਿੰਦੇ ਮਤਲਬ ਉਹਦੀ ਨਿਗਾਹ ਮਾੜੀ ਸੀ ਅਤੇ ਉਹ ਉਹਦੇ ਨਾਲ ਵਿਆਹ ਦੀ ਸਾਲੀ ਨਾਲ ਹੀ ਕਰਾਉਣਾ ਚਾਹੁੰਦਾ ਸੀਗਾ। ਉਹ ਇਸ ਗੱਲ ਤੋਂ ਉਹਨੂੰ ਜਦੋਂ ਮਨਾ ਕਰਦੀ ਸੀ ਇਹਨੇ ਇੱਕ ਦਿਨ ਉਹਨੂੰ ਬਾਹਰ ਬਹਾਨੇ ਨਾਲ ਬੁਲਾ ਕੇ ਮਿਤੀ 2/2/2024 ਨੂੰ ਬਾਹਰ ਹਿੰਮਤਪੁਰੇ ਉੱਥੇ ਬੁਲਾ ਕੇ ਇਹਨੇ ਉਹਦਾ ਗਲਾ ਘੁੱਟ ਕੇ ਉਹਨੂੰ ਮਾਰਤਾ ਅਤੇ ਆਪ ਫਿਰ ਇਹ ਉਹਨੂੰ ਕਹਿੰਦਾ ਵੀ ਅਟੈਕ ਅਟੂਕ ਹੋ ਗਿਆ, ਜਾ ਕੇ ਸੰਸਕਾਰ ਕਰਵਾ ਤਾ, ਆਪਦੇ ਸਹੁਰੇ ਲੈ ਗਿਆ ਉਹਨਾਂ ਨੂੰ। ਉਹਨਾਂ ਨੂੰ ਇਹ ਗੱਲ ਦੱਸੀ ਵੀ ਇਹਨੂੰ ਅਟੈਕ ਹੋ ਗਿਆ। ਉਸ ਤੋਂ ਬਾਅਦ ਉਹਨਾਂ ਨੂੰ ਥੋੜ੍ਹਾ ਸ਼ੱਕ ਮਹਿਸੂਸ ਹੋਇਆ, ਸ਼ੱਕ ਮਹਿਸੂਸ ਹੋਣ 'ਤੇ ਜਦੋਂ ਇਹਦੇ ਮਤਲਬ ਉਹ ਪੜਤਾਲ ਕਰਨ ਲੱਗੇ ਤਾਂ ਇਹ ਫਿਰ ਜਾ ਕੇ ਕਹਿੰਦਾ ਵੀ ਮੇਰੇ ਤੋਂ ਆਹ ਗਲਤੀ ਹੋ ਗਈ ਆ ਵੀ ਤੁਸੀਂ ਹੁਣ ਮਿੱਟੀ ਪਾਓ ਇਸ ਗੱਲੋਂ ਅਤੇ ਵੀ ਚੁੱਪ ਕਰ ਜਾਓ ਅਤੇ ਮਤਲਬ ਵੀ ਮੇਰੇ ਘਰ ਵੱਸਦਾ ਰਹਿ ਜੂ ਦੂਸਰੀ ਨਹੀਂ ਮੇਰੇ। ਉਹਨਾਂ ਨੇ ਫਿਰ ਇਸ ਗੱਲ ਤੋਂ ਜਦੋਂ ਗੁੱਸਾ ਕਰਦਾ ਵੀ ਸਾਨੂੰ ਤੂੰ ਗਲਤ ਗੁੰਮਰਾਹ ਕੀਤਾ ਪਹਿਲਾਂ, ਅਤੇ ਇਸ ਕਰਕੇ ਉਹਨਾਂ ਨੇ ਫਿਰ ਮੁਕੱਦਮਾ ਦਰਜ ਕੀਤਾ, ਦੋਸ਼ੀ ਅਸੀਂ ਗ੍ਰਿਫਤਾਰ ਕਰ ਲਿਆ, ਉਹਨੂੰ ਪੇਸ਼ ਕਰਕੇ ਰਿਮਾਂਡ ਜਿਹੜਾ ਅਦਾਲਤ ਤੋਂ ਹਾਸਲ ਕਰ ਰਹੇ ਹਾਂ ਵੀ ਪੁੱਛ ਪੜਤਾਲ ਜਾਰੀ ਆ। ਦੋਸ਼ੀ ਨੇ ਆਪਣਾ ਜੁਰਮ ਕਬੂਲ ਕਰ ਲਿਆ?
ਹਾਂ ਦੋਸ਼ੀ ਕਹਿੰਦਾ ਵੀ ਮੈਥੋਂ ਆਹ ਗਲਤੀ ਹੋ ਗਈ। ਦੋਸ਼ੀ ਨੇ ਤਾਂ ਜਾ ਕੇ ਆਪਦੇ ਸਹੁਰਾ ਸਾਹਿਬ ਨੂੰ ਵੀ ਇਹ ਗੱਲ ਕਹੀ ਆ, ਆਪਦੇ ਸਹੁਰੇ ਪਰਿਵਾਰ ਦੇ ਇੱਕ ਦੋ ਰਿਸ਼ਤੇਦਾਰਾਂ ਕੋਲ ਵੀ ਜਾ ਕੇ ਇਹ ਗੱਲ ਕਹੀ ਆ ਵੀ ਮੈਥੋਂ ਆਹ ਗਲਤੀ ਹੋ ਗਈ ਆ, ਹੁਣ ਤੁਸੀਂ ਇਸ ਗੱਲ ਨੂੰ ਸੁਲਝਾਓ ਜਿਵੇਂ ਮਰਜ਼ੀ।